ਇਹ ਵੀ ਜਾਣਦਾ ਇਹਨਾਂ ਕੋਲ ਡਰ ਉਹਨਾਂ ਦੇ ਅੰਦਰ ਪੈਦਾ ਕਰਤਾ ਸੀ ਨਾ, ਦੇਖੋ ਫਰੌਤੀਆਂ ਮੰਗਣ ਵਾਲਿਆਂ ਨੇ ਜਾਂ ਹੈ ਨਾ ਆਪਾਂ ਕਹਿ ਦਈਏ ਜਿਹੜੇ ਉਹਨਾਂ ਦੇ ਆਪਣੇ ਲੱਗਦੇ ਸੀ ਉਹਨਾਂ ਦੇ, ਅਤੇ ਉਹ ਅੰਦਰੋਂ ਉਹ ਇੱਕ ਕਿਸਮ ਦਾ ਜਿਵੇਂ ਫਿਲਮ 'ਚ ਦਿਖਾਇਆ ਵਾਕਈ ਉਹ ਅੰਦਰੋਂ ਨਾ ਮਰ ਚੁੱਕੇ ਸੀਗੇ, ਉਹਨਾਂ ਦਾ ਡਰ ਖਤਮ ਹੋ ਗਿਆ ਸੀਗਾ। ਜਦੋਂ ਹਰ ਟਾਈਮ ਬੰਦੇ ਨੂੰ ਇੱਕ ਹੀ ਗੱਲ ਹੈ ਨਾ ਧਮਕੀ ਦੇਈ ਜਾਣੀ, ਅਗਲੇ ਨੇ ਆਪਣਾ ਕੰਮ ਵੀ ਕਰਨਾ ਸਾਰਾ ਕੁਝ ਦੇਖਣਾ ਹੈ ਨਾ, ਉਹ ਕਿਹੜਾ ਕੋਈ ਚੋਰੀਆਂ ਡਾਕੇ ਮਾਰਦਾ ਫਿਰਦਾ ਸੀ, ਉਹ ਤਾਂ ਆਪਣੀ ਮਿਹਨਤ ਕਰਦਾ ਸੀਗਾ ਜੀ, ਅਤੇ ਉਹ ਵੀ ਨਹੀਂ ਲੋਕਾਂ ਨੂੰ ਬਰਦਾਸ਼ਤ ਹੋ ਰਹੀ ਸੀ ਜੀ। ਉਹਨਾਂ ਨੇ ਜਿਵੇਂ ਫਿਲਮ 'ਚ ਕਿਹਾ ਵੀ ਉਹ ਕਹਿੰਦਾ ਮੈਂ ਇਕੱਲਾ ਥੋੜ੍ਹੀ ਇੱਦਾਂ ਗਾਉਂਦਾ, ਕਹਿੰਦਾ ਬਾਕੀ ਵੀ ਤਾਂ ਗਾਉਂਦੇ ਹੀ ਨੇ, ਅਤੇ ਕਹਿੰਦਾ ਤੁਸੀਂ ਉਹਨਾਂ ਵੱਲ ਤਾਂ ਧਿਆਨ ਨਹੀਂ ਕਰਦੇ ਹੈ ਨਾ। ਉਹਨਾਂ ਨੇ ਫਿਲਮ 'ਚ ਇਹ ਗੱਲ ਕਹੀ ਵੀ ਆ, ਅਤੇ ਕਹਿੰਦਾ ਬਸ ਇਹ ਆ ਸਾਰਾ ਮਸਲਾ ਪੈਸੇ ਦਾ ਵਾ, ਬਸ ਇੱਥੇ ਗੱਲ ਖਤਮ ਕਰੀ ਉਹਨਾਂ ਨੇ। ਬਹੁਤ ਸਾਰੀ ਚੀਜ਼ਾਂ ਜਿਹੜੀਆਂ ਅੱਜ ਵੀ ਅਨਸੁਲਝੀਆਂ ਰਹਿ ਗਈਆਂ, ਕਿਉਂਕਿ ਕਈ ਕਹਿੰਦੇ ਆ ਕਿ ਖਾੜਕੂਆਂ ਨੇ, ਖਾੜਕੂ ਸਿੰਘਾਂ ਨੇ ਸ਼ਾਇਦ ਮਾਰਿਆ, ਪਰ ਕਈ ਕਹਿੰਦੇ ਕਿ ਨਹੀਂ, ਜਿਹੜੇ ਉਹਨਾਂ ਦੇ ਸਾਥੀ ਕਲਾਕਾਰ ਸੀ ਜਿਹਨਾਂ ਤੋਂ ਜਰਿਆ ਨਹੀਂ ਗਈਆਂ, ਹੈ ਨਾ, ਕਈ ਕਹਿੰਦੇ ਪੁਲਿਸ ਵੱਲੋਂ ਵੀ ਸੀਗਾ। ਬਿਲਕੁਲ ਬਿਲਕੁਲ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡਦੀਆਂ, ਹਜੇ ਤੱਕ ਕੋਈ ਇਨਵੈਸਟੀਗੇਸ਼ਨ ਨਹੀਂ ਹੋਈਗੀ, ਅਤੇ ਮੈਂ ਮਾਨ ਸਾਹਿਬ ਨੂੰ ਆਪਣੇ ਸਾਡੇ CM ਸਾਹਿਬ ਜੀ ਭਗਵੰਤ ਮਾਨ ਸਾਹਿਬ ਨੂੰ ਇਹ ਅਪੀਲ ਕਰੂੰਗਾ ਕਿ ਇਨਵੈਸਟੀਗੇਸ਼ਨ ਕੀਤੀ ਜਾਵੇ, ਕਿਉਂਕਿ ਨਾਲੇ ਉਹ ਤਾਂ ਸਾਡੇ ਸੱਭਿਆਚਾਰਕ ਨਾਲ ਜੁੜੇ ਹੋਏ ਨੇ ਹੈ ਨਾ, ਅਤੇ ਉਹਨਾਂ ਨੂੰ ਤਾਂ ਸਾਰਾ ਕੁਛ ਪਤਾ ਹੈ ਨਾ। ਉਹ ਇਸ ਟਾਈਮ ਕੇਜਰੀਵਾਲ ਸਾਹਿਬ ਨਾਲ ਹੈ ਨਾ, ਜਿੱਦਾਂ ਉਹਨਾਂ ਨੂੰ ਖੜਾ ਕੀਤਾ ਉਹਨਾਂ ਨੇ ਆਪਣਾ CM ਨੇ ਮੌਜੂਦਾ ਹੈ ਨਾ, ਅਤੇ ਉਹ ਕਰਵਾ ਵੀ ਸਕਦੇ ਨੇ ਇਨਵੈਸਟੀਗੇਸ਼ਨ ਕਰਵਾ ਕੇ, ਮਤਲਬ ਇਹ ਗੁੱਥੀ ਨੂੰ ਸੁਲਝਾਇਆ ਜਾਵੇ। CVR ਸਾਹਿਬ ਦੀ ਮੈਂ ਇੱਕ ਇੰਟਰਵਿਊ ਸੁਣ ਰਹੀ ਸੀ, ਉਹ ਕਹਿ ਰਹੇ ਸੀ ਕਿ ਮੈਂ 50% ਜਿਹੜਾ ਮੈਂ ਇਹ ਸੁਲਝਾ ਚੁੱਕਿਆ ਮਸਲਾ, ਪਰ ਉਹਨਾਂ ਨੇ ਦੱਸਿਆ ਬੁੱਕ ਲਿਖੀ ਹੋਈ ਆ। ਮੈਂ ਵੀਰ ਹੋਣਾ ਨਾਲ ਵੀ ਗੱਲ ਕਰਦਾ ਸੀ, ਮੈਂ ਕਿਹਾ ਉਹ ਕਹਿੰਦੇ ਥੋੜ੍ਹੀ ਹਜੇ ਅਧੂਰੀ ਆ, ਅਤੇ ਉਹ ਪੂਰੀ ਕਰਕੇ ਫਿਰ ਮਾਰਕੀਟ ਦੇ ਵਿੱਚ ਸ਼ਾਇਦ ਮੇਰੇ ਵੀਰ ਹੋਣੀ ਕਰਨਗੇ, ਹਾਂ ਰਿਲੀਜ਼ ਕਰਨਗੇ। ਹਾਂਜੀ, ਪਰ ਕਦੇ ਇਸ ਬਾਬਤ ਤੁਹਾਡੀ ਗੱਲਬਾਤ ਹੋਈ ਸੀ ਕੀ, ਕਿਉਂਕਿ ਉਹ ਦੱਸਣਾ ਨਹੀਂ ਚਾਹੁੰਦੇ ਸੀਗੇ ਪਬਲਿਕਲੀ? ਮੈਂ ਪਹਿਲਾਂ ਕੁਛ ਵੀ ਨਹੀਂ ਸ਼ੋਅ ਕਰਨਾ, ਇਹ ਤਾਂ ਜਦੋਂ ਕਹਿੰਦੇ ਕਿਤਾਬ ਆਉਣੀ ਆ ਉਦੋਂ ਹੀ ਤੁਹਾਨੂੰ ਪਤਾ ਲੱਗਣਾ ਜੋ ਕੁਛ ਮੈਂ ਲਿਖਿਆ ਹੋਇਆ। ਉਹਨਾਂ ਨੇ ਈਵਨ ਇੱਥੋਂ ਤੱਕ ਆਪਣੇ ਬੱਚਿਆਂ ਨੂੰ ਨਹੀਂ ਕੋਈ ਦੱਸਿਆ ਸੀ ਜੀ ਅੱਜ ਕੀ ਗੱਲਬਾਤ, ਕੀ ਸਟੋਰੀ ਸਾਰੀ ਮੈਂ ਬਣਾਈ ਹੋਈ ਆ, ਜਾਂ ਕਿਵੇਂ ਮੈਂ ਸਾਰੀ ਲਿਖੀ ਹੋਈ ਆ ਉਹਨਾਂ ਦੇ ਜੀਵਨ ਦੇ, ਹੈ ਨਾ, ਅਤੇ ਉਹ ਵੱਡੀ ਇੱਕ ਗੁੱਥਲੀ ਸੁਲਝ ਨਹੀਂ ਸੀਗੀ ਇਹ, ਅਤੇ ਸ਼ਾਇਦ ਉਹ ਹੋ ਸਕਦਾ ਰਿਲੀਜ਼ ਕਰ ਦੇਣ। ਰਿਆ, ਤੁਸੀਂ ਬਹੁਤ ਇਮੋਸ਼ਨਲ ਹੋ ਰਹੇ ਹੋ, ਮੈਂ ਦੇਖ ਰਹੀ ਹਾਂ ਤੁਹਾਡੀ ਅੱਖਾਂ ਵੀ ਜਿਹੜੀਆਂ ਹੈ ਨਾ ਨਮ ਹੋ ਰਹੀਆਂ ਨੇ। ਮੈਨ ਓਬਵੀਅਸਲੀ ਜੇ ਉਹ ਅੱਜ ਹੁੰਦੇ ਸਾਡੇ ਵਿੱਚ, ਚਮਕੀਲਾ ਜੀ ਹੁੰਦੇ ਹੈ ਨਾ, ਤੁਹਾਡੇ ਮਦਰ ਇਨ ਲਾਅ ਹੁੰਦੇ, ਇੱਕ ਮਦਰ ਇਨ ਲਾਅ ਤਾਂ ਤੁਹਾਡੇ ਸਾਹਮਣੇ ਬੈਠੇ ਨੇ, ਪਰ ਜੇ ਅਮਰਜੋਤ ਜੀ ਵੀ ਹੁੰਦੇ ਤਾਂ ਇੱਕ ਕੋਈ ਗੱਲ ਵੱਖਰੀ ਹੋਣੀ ਸੀ ਉਹਨਾਂ ਬਾਰੇ, ਸੋਚ ਸੋਚ ਕੇ ਜਾਂ ਉਹ ਫਿਲਮ ਵੇਖ ਕੇ ਕੀ ਇਮੋਸ਼ਨਸ ਜਿਹੜੇ ਆ ਅੰਦਰ ਆ ਰਹੇ ਸੀਗੇ? ਹਾਂਜੀ ਹਾਂਜੀ ਬਿਲਕੁਲ ਜੀ, ਇਹ ਤਾਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀਗੇ, ਆ ਹੁਣ ਵੀ ਤੁਸੀਂ ਦੇਖ ਰਹੇ ਹੋ ਹੈ ਨਾ, ਅਤੇ ਬਾਕੀ ਤੁਹਾਨੂੰ ਪਤਾ ਜੀ ਹੁਣ ਕਿੱਦਾਂ। ਪਹਿਲਾਂ ਤਾਂ ਮੈਮ ਇੱਦਾਂ ਆਪਾਂ ਸੁਣੀ ਸੁਣਾਈ ਗੱਲ ਕਰਦੇ ਹੈ ਨਾ, ਚਲੋ ਕੋਈ ਨਹੀਂ, ਸਭ ਤੋਂ ਔਖਾ ਕੰਮ ਹੈ ਇੱਕ ਪਰਿਵਾਰ ਦੇ ਲਈ। ਬਿਲਕੁਲ ਬਿਲਕੁਲ, ਤੁਸੀਂ ਪਲੀਜ਼ ਥੋੜਾ ਜਿਹਾ ਤੁਹਾਨੂੰ ਸਾਹਮਣਾ ਪੈਣਾ ਆਪਣੇ ਆਪ। ਤੁਸੀਂ ਦੇਖੋ ਜੈਮਨ ਨੂੰ ਹੈ ਨਾ, ਗੁਰਮੇਲ ਜੀ ਦੇ ਨਾਲ ਜਿਹੜਾ ਸਾਂਭਿਆ ਹੋਇਆ।